ਅਸਲਾਮ ਵਾਲੇਕੁਮ, ਇਹਨੇ ਚਾਰ ਗੋਲ ਗੱਪੇ ਦੇ ਦੋ। ਹਾਂਜੀ, ਦੋ ਤੇਰੇ ਦੋਸਤ। ਚਲੋ ਖਾ ਲਓ ਦੋਨੋਂ ਭਾਈ, ਚਲੋ ਚਾਹ ਬਾਅਦ ਵੀ ਖਾ ਲਓ। ਚਲੋ ਖੱਟਾ ਜਲਦੀ ਖਾ ਫਿਰ ਚਲੇ। ਆਏ ਹਾਏ ਆਏ ਹਾਏ, ਐਸੇ ਚਲ ਖਾ ਲਓ ਖਾ ਲਓ ਖਾ ਲਓ, ਐਸੇ ਜੈਪਾ ਨੇ ਐਸੇ ਖਾ ਲਓ, ਚਲੋ ਜਲਦੀ ਖਾ ਲਓ। ਅੱਛਾ ਇੱਧਰ ਖੜੀ ਹੋ ਜਾਓ, ਬੇਬੀ ਕੋ ਵੀ ਪਾਪੜੀਆਂ ਲੈ ਖਾ ਲਓ ਖਾ ਲਓ। ਚਲੋ ਆ ਜਾਓ ਸਬਜ਼ੀ ਲੈਣੇ ਚਲੇ, ਚਲੋ 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 ਜਲਦੀ ਚਲੋ। ਕਿਆ ਵਾ ਪਠਾਨੀਆਂ ਸਾਥ ਦੋਸਤੀ ਹੋ ਗਈ, ਉਹ ਆਪੀਆਂ ਸੀ। ਚਲਾ ਦਵੋ ਪਾਣੀ ਬਣਿਆ ਗਈ ਸੀ ਫਿਲਟਰ 'ਚ, ਚਲਾਓ ਸਬਜ਼ੀ ਲੈਣੇ ਚਲੇ। ਆ ਜਾਓ ਆ ਜਾਓ ਆ ਜਾਓ, ਹਾਂ ਹੇ ਉਹਨੇ ਦੇਖੀ ਜਾ ਰਹੀ, ਚੱਲ ਆ ਜਾ ਆ ਜਾ, ਚਲੋ ਆ ਜਾਓ ਆ ਜਾਓ ਆ ਜਾਓ ਆ ਜਾਓ ਵੀ। ਹਾਂ ਜੀ, ਸਬਜ਼ੀ ਸ਼ੋਪ 'ਤੇ ਆਲੂ ਗੋਭੀ ਲੈਤੇ ਹੈ ਯਹਾਂ ਸੇ। ਪਿਆਜ਼ ਵੀ ਇੱਥੇ ਰੱਖ ਦਿਓ, ਇਸ ਕੇ ਅੰਦਰ ਰੱਖੋ ਪਿਆਜ਼। ਸ਼ਾਬਾਸ਼, ਕਿਆ ਕਰਨਾ ਪਿਆ। ਹਾਂਜੀ ਜੀ ਆ ਗਿਆ ਸਕੂਲ, ਬਸ ਕਰਦੇ ਡਰਾਮੇ ਨੇ ਭੈਣਾਂ ਕੀ ਆ, ਬਹੁਤ ਹੈ ਕਸਮ ਸਹੀ ਹੈ। ਜੈਫਾ ਕਹਿ ਰਿਹਾ ਮਜ਼ਾ ਹੀ ਆ ਗਿਆ ਆਪਣੇ ਲਈ, ਮੈਨੇ ਇਹ ਚਾਟ ਲਈ ਆ ਘਰ ਚੱਲ ਕੇ ਖਾਏਗਾ। ਚਲੇ ਜੈਫਾ ਕਿਆ ਕਹਿ ਰਹੇ ਹੋ, ਕਿਆ ਕਹਿ ਰਹੇ ਹੋ, ਇਹ ਤਾਂ ਮਜ਼ਾ ਹੀ ਆ ਗਿਆ, ਮਜ਼ਾ ਹੀ ਆ ਗਿਆ, ਚਲੋ ਘਰ ਚਲੇ। ਸਬਜ਼ੀ ਵੀ ਲੈ ਲਈ ਆ, ਔਰ ਇਨਕੋ ਗੋਲਗੱਪੇ ਵੀ ਖਿਲਾ ਲਿਆ। ਅਭੀ ਹਮ ਲੋਕ ਚੱਲ ਰਹੇ ਆ ਘਰ, ਇਨਕੇ ਟਿਊਸ਼ਨ ਕਾ ਟਾਈਮ ਹੋਣ ਵਾਲਾ, ਟਿਊਸ਼ਨ ਭੇਜੇਂਗੇ। ਮੈਂ ਯਾਰ ਮਨਸ ਸਕੂਲ ਸੇ ਬੈਠ ਕੇ ਸਬਜ਼ੀ ਬਣਾਏਗੇ। ਧਿਆਨ ਸੇ ਆਪ ਸੇ ਗਿਰ ਜਾਏਗੀ, ਮੈਂ ਆਪਕੋ ਖਿਲਾ ਦੀ, ਮੈਂ ਨਾ ਖਿਲਾਓ, ਖੁਦ ਹੀ ਖਾਣੀ ਆ, ਅਸੀਂ ਖੁਦ ਹੀ ਖਾਣੀ ਆ, ਦੇਖਿਆ ਕਿਤਨੀ ਤੇਜ਼ ਆ। ਜੇ ਲਓ ਖਾ ਵੀ ਜਾਣੀ, ਮੈਂ ਆਪਣੀ ਵੀ ਚਾਟ ਡਾਲ ਕੇ ਲਿਆਈ, ਦੇਖੀ ਉਸਨੇ ਕਿਆ ਬਣਾ ਕੇ ਦਿਆ। ਇਤਨਾ ਮੈਨੂੰ ਗੁੱਸਾ ਚੜਿਆ, ਅੱਛੀ ਭਲੀ ਨਾ ਦਹੀਂ ਡਾਲ ਕੇ ਉਸ ਚਾਟ ਬਣਾ ਕੇ ਦਿੱਤਾ, ਮੈਨੇ ਗੋਰਨ ਕਿਆ ਮੈਨੇ ਐਸੇ ਪਕੜੀ, ਉਹਨਾਂ ਚਾਟ ਆ ਤਾਂ ਘਰ ਅੱਗੇ ਮੈਂ ਦੇਖਾ, ਨਾ ਦਹੀਂ ਨਾ ਮਿੱਠੀ ਚਟਨੀ ਆ ਕੁਛ ਵੀ ਨਹੀਂ, ਬਸ ਉਹ ਖੱਟਾ ਡਾਲ ਕੇ ਔਰ ਵਿੱਚ ਭਲੀਆ ਡਾਲ ਦੀ ਹੋਈ ਹੈ ਦੇਖੀ। ਚਲੋ ਜੀ ਖਾ ਲਓ, ਉਹ ਦੋਨੋਂ ਭਾਈ ਚਲੇ ਗਏ ਆਤੇ ਸਾਥ, ਹਮ ਲੋਕ ਵੀ ਆਏ ਦਰਵਾਜ਼ੇ ਪੇ, ਬਾਜੀ ਕਾ ਬੇਟਾ ਔਰ ਭਾਬੀ ਕੀ ਮਾਮੀ ਕਾ ਬੇਟਾ ਆਇਆ, ਤਾਂ ਕਹਿੰਦੇ ਹਮ ਹਨਾਨ ਔਰ ਜ਼ਾਫਾ ਕੇ ਲੈਣੇ ਆਏ, ਹਮਨੇ ਖੇਲਿਆ ਤੂੰ ਦੋਨੋਂ ਉੱਧਰ ਚਲੇ ਗਿਆ, ਔਰ ਮੇਰੀ ਸਾਥ ਜਾ ਰਹੇ ਹੋ, ਹਨਾਨ ਔਰ ਜ਼ਾਫਾ ਟਿਊਸ਼ਨ ਜਾ ਰਹੀ, ਇਨਕੇ ਸਾਥ ਹੀ ਜਾ ਰਹੀ, ਚਲੋ ਜਾਓ ਫਿਰ ਰੋਏਗੀ, ਫਿਰ ਮੈਂ ਲੈਣੇ ਆ ਜਾਂਗੀ, ਚਲੋ ਜਾਓ। ਆਪਨੇ ਦੇਖਾ ਜੀ ਵਰਦਾ ਗਈ ਥੀ ਹਨਾਨ ਔਰ ਜ਼ਾਫਾ ਕੇ ਸਾਥ, ਟਿਊਸ਼ਨ ਜ਼ਿੱਦ ਕਰੀ ਥੀ ਮੈਨੇ ਜਾਣਾ, ਹਨਾਨ ਲੈ ਗਿਆ ਕਾਫੀ ਦੇਰ ਹੋ ਗਈ, ਤਾਂ ਬਾਬ ਨਾ ਕਿ ਮੈਸੇਜ ਆ ਕਿ ਆਪ ਹੀ ਉਹ ਤੰਗ ਪਰੀ ਰੋ ਰਹੀ ਹੈ, ਉਸਨੇ ਆਪਣੇ ਪਾਸ ਜਾਣਾ, ਤਾਂ ਜਲਦੀ ਸੇ ਚਲਦੇ ਲਾਈਟ ਪੰਖਾ ਵਗੈਰਾ ਮੈਨੇ ਬੰਦ ਕਰ ਦਿਆ, ਜਾ ਕੇ ਵਰਦਾ ਕੋ ਲੈ ਕੇ ਅਤੇ ਫਿਰ ਆ ਕੇ ਆਪਣੀ ਨਾ ਸਬਜ਼ੀ ਵਗੈਰਾ ਬਣਾ ਦਿੱਤੀ। ਚਲੋ ਚਲੇ ਚਲੋ ਘਰ ਚਲੇ, ਬਸ ਖੇਲ ਲਈ ਅਬ, ਚਲੋ ਚਲੇ ਚਲੋ ਚਲੋ ਚਲੇ ਆ ਦੋ ਚਲੇ। ਮੈਡਮ ਕੋ ਨਾਨੋ ਘਰ ਸੇ ਲੈ ਲਈ ਆ, ਚੀਜ਼ੀ ਵੀ ਲੈ ਦਿਓ, ਟੈਂਕ ਵੀ ਲੈ ਦਿਓ, ਘਰ ਚਲ ਕੇ ਟੈਂਕ ਬਣਾ ਕੇ ਫਿਟਰ ਮੈਂ, ਠੀਕ ਹੈ ਚਲੋ ਆ ਦੋ ਚਲੇ ਆ ਜਾਓ। ਚਲੋ ਅਬਨੀਨਾ ਕੋਲੋ ਸ਼ਹਿਜ਼ਾਦੇ ਕੋ ਟੈਂਕ ਬਣਾ ਦਿਆ, ਪੀ ਰਿਹਾ ਸੋ ਜਾਓ, ਠੀਕ ਹੈ ਸੋਨਾ ਨਹੀਂ ਸੋਨਾ, ਠੀਕ ਹੈ ਜੀ ਨਾ ਸੋ। ਅਭੀ ਜੀ ਲਾਈਟ ਚਲੀ ਗਿਆ, ਸਬਜ਼ੀ ਮੈਂ ਸਾਰੀ ਵਾਈਟ ਲੈ ਆਈ ਹਾਂ, ਤੋ ਆਲੂ ਕੋ ਵੀ ਕਟਿੰਗ ਕਰਦੇ ਹੋ, ਫਿਰ ਲਾਈਟ ਆ ਜਾਏਗੀ, ਫਿਰ ਹਮ ਆਪਣੀ ਹੰਡੀਆਂ ਬਣਾਏਗੇ। ਹਨਾ ਨੇ ਬਣਵਾਈ ਜੀ ਆਲੂ ਗੋਭੀ ਵਾਲਾ ਪਰਾਠਾ, ਮੈਂ ਸਾਦੀ ਰੋਟੀ ਔਰ ਸਾਥ ਉੱਪਰ ਗੋਭੀ ਕਾ ਸਾਲਨ ਡਾਲ ਕੇ ਅਭੀ ਰਾਤ ਕਾ ਖਾਣਾ ਖਾਤੇ ਹੈ। ਅਸਲਾਮ ਅਲੈਕੁਮ, ਮੈਂ ਸ਼ਮੈਲਾ ਵਸੀਮ, ਕੈਸੇ ਹੈ ਆਪ ਸਭ ਜੀ? ਅਭੀ ਸਭ ਹਮ ਉੱਠ ਗਏ ਹੈ ਹੈ ਨਾ, ਚੀਜ਼ੀਆਂ ਵੀ ਖਾ ਲਈ ਉੱਤੇ ਸਾਥ, ਨਾ ਖਾਈ ਨਾ ਚੀਜ਼ੀ, ਸੁਬਾ 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 ਸੁਬਾ, ਕਿਆ ਹੋਇਆ ਆਪਕੋ, ਇੱਧਰ ਆਓ ਇੱਧਰ ਆਓ, ਬਾਤ ਤੋਂ ਸੁਣੋ। ਹਨਾਨ ਕਹਿ ਰਿਹਾ ਸੁਬਾ ਸੁਬਾ ਜੀ ਮੁਝੇ ਰੈਡੀ ਕਰ ਦਿਉ, ਮੈਨੇ ਅੰਬੀ ਘਰ ਜਾਣਾ, ਵਸੀਮ ਕਹਿ ਰਿਹਾ ਨਾਸ਼ਤਾ ਕਰ ਲਓ,
ਆਲੂ ਗੋਭੀ ਵਾਲੇ ਪਰਾਂਠੇ ਬਣਾ ਦਿਓ, ਸਾਰਾ ਚਾਹ ਬਣਾ ਕੇ ਦੇ ਦਿਓ। ਇੱਧਰ ਤੋਂ ਆ ਬਾਸ, ਇੱਧਰ ਤੋਂ ਆ, ਇੱਧਰ ਆਓ। ਕਹਿ ਤਾਂ ਰਹੀ ਹੋ ਨਾਸ਼ਤਾ ਲੈ, ਮੇਰੇ ਗੋਦੀ 'ਚ ਬਹਿ ਗਿਆ, ਇੰਨਾ ਵੱਡਾ ਕਾਕਾ ਗੋਦੀ 'ਤੇ ਚੜ੍ਹ ਕੇ ਬਹਿ ਗਿਆ। ਗੋਦੀ ਮੈਨੂੰ ਫੈਟ ਨੂੰ ਕਹਿੰਦਾ ਵੈਸੇ ਭੁਲਾ ਰਹੀ ਸੀ। ਚਲ ਅਭੀ ਬਸ ਨਾਸ਼ਤਾ ਬਣਾ ਦੋ, ਆਲੂ ਗੋਭੀ ਕੇ ਪਰਾਂਠੇ। ਬਿਨਾਂ ਨਾਸ਼ਤਾ ਕੇ ਚਲੇ ਜਾਣਾ ਹੈ? ਵਾਹ ਸੇ ਤਾਂ ਅੰਮੀ ਘਰ ਸੇ ਕਰ ਲੂੰਗਾ, ਤਾਂ ਪਾਪਾ ਨੇ ਤਾਂ ਨਾਸ਼ਤਾ ਕਰਕੇ ਜਾਣਾ, ਤਾਂ ਸੋਚਦਾ ਤੂੰ ਵੀ ਸਾਥ ਹੀ ਬੈਠ ਕੇ ਕਰ ਲੈਣਾ। ਚਲ ਵੀ ਜਮੇ ਬੇਟਾ, ਮੈਂ ਜਲਦੀ ਸੇ ਆਲੂ ਗੋਭੀ ਕੇ ਪਰਾਂਠੇ ਬਣਾ ਕੇ ਚਾਹ ਰਸ ਖਾਣੀ ਹੈ। ਆਲੂ ਗੋਭੀ ਕੇ ਪਰਾਂਠੇ ਕਿਆ ਕਿਆ ਗੋਲ ਗੋਲ ਰਸ ਖਾਣੇ, ਚਾਹ ਰਸ ਖਾਣੇ, ਬਾਕਰ ਖਾਣੀ। ਅੱਛਾ ਵੋ ਮੈਦਾ ਗੂੰਦ ਕੇ ਨਾ, ਵੋ ਮੈਨੇ ਚੀਨੀ ਡਾਲ ਕੇ ਤੋ ਟਿੱਕੀਆਂ ਬਣਾਈ ਤੀ ਮਿੱਠੀ, ਵੋ ਅਭੀ ਤੋ ਮੈਦਾ ਗੂੰਦੂਗੀ ਫਿਰ ਬਣਾਊਗੀ। ਅਭੀ ਨਾਸ਼ਤਾ ਕਰਦੇ ਹਾਂ, ਠਹਿਰ ਕੇ ਵੋ ਖਾ ਲੈਣਾ। ਅਭੀ ਆਪ ਚਾਹ ਰਸ ਬਣਾ ਦੇ, ਠੀਕ ਹੈ? ਚਲੋ ਠੀਕ ਹੈ ਜੀ। ਅਭੀ ਕਿਚਨ ਮੈਂ ਚਲਤੀ, ਆਲੂ ਗੋਭੀ ਕੇ ਪਰਾਂਠੇ ਬਣਾਤੇ ਹੈ, ਜਾਫਾ ਚਾਹ ਰਸ ਖਾਏਗਾ, ਬਾਕੀ ਹਮ ਲੋਕ ਪਰਾਂਠੇ ਔਰ ਸਾ ਚਾਹ ਖਾਏਗਾ। ਚਲੋ ਜਾਫਾ, ਯਹਾਂ ਜੋ ਗੋਭੀ ਵਾਲੇ ਪਰਾਂਠੇ ਬਣਾ ਲਾਈਏ, ਸਾਥ ਚਾਹ ਬਣਾ ਕਰ ਲਾਈ, ਪਲੇ ਨਹੀਂ ਮੈਨੇ ਬਣਾਈ ਭਈਆ, ਬਹੁਤ ਗਰਮੀ ਔਰ ਜ਼ਾਫਾ ਨੇ ਰਸ ਖਾਣੇ, ਰਜ਼ਾਫਾ ਕਰੀ ਰਸ। ਚਲੋ ਬੈਠੋ ਧਿਆਨ ਸੇ, ਇਹ ਲੋ ਆਪ ਆਪਣੇ ਰਸ ਲੈ ਲੈਣਾ ਜ਼ਾਫਾ। ਇੱਕ ਕੱਪ ਚਾਹ ਆਪ ਲੈ ਲਈ, ਆਪਕੇ ਰਸ ਬਣਾਉਣਾ ਆਪਣੇ ਔਰ ਪਾਪਾ ਨੇ ਗੋਭੀ ਵਾਲੇ ਪਰਾਂਠੇ ਔਰ ਸਾਥ ਚਾਹ। ਮੁਜ਼ਾਫਾ ਵੀ ਰੈਡੀ ਹੋ ਗਿਆ, ਵਾਹ ਬਈ ਵਾਹ, ਸਰਦੀ ਤਾਂ ਨਹੀਂ ਲੱਗ ਰਹੀ, ਮਜ਼ਾ ਆਇਆ ਨਾ? ਕਿੱਧਰ ਜਾ ਰਿਹਾ? ਨਾਨ ਕੇ ਕਹਿਤਾ ਇੱਧਰ ਦੇਖ ਸ਼ਾਮ ਨੇ ਨਾਨ ਬਈਆ, ਮੈਂ ਤਾਂ ਲੈਦੀ ਹੋ ਗਿਆ ਹੂੰ, ਜ਼ਬਾਨ ਹੀ ਬਾਈ ਨਿਕਲਦੀ ਅੰਦਰ ਕੋਲ, ਹਨਾਨ ਵੀ ਮੇਰਾ ਰੈਡੀ ਹੋ ਗਿਆ, ਤਾਂ ਅਭੀ ਜਾਣ ਲੱਗੇ ਘਰ ਕਾ, ਮੈਨੇ ਕੰਮ ਕਰਾ ਕਰਨਾ ਵਸੀਮ ਕੇ ਸਾਥ, ਅੰਮੀ ਕੇ ਘਰ ਕਬ ਆ ਗਏ ਵਾਪਸ? ਸੌਦਾ ਘਰ ਕਾ ਸਾਰਾ ਸਮਾਨ ਬਾਜ਼ਾਰ ਜਾਣਾ, ਹਾਂਜੀ। ਤਰਬੂਜ ਕਿਆ ਕਰ, ਤਰਬੂਜ ਨਹੀਂ ਕਰਤੇ, ਨਹੀਂ ਨਹੀਂ ਤਰਬੂਜ ਨਹੀਂ ਲਾਣਾ, ਨਹੀਂ ਨਹੀਂ ਨਹੀਂ, ਇਹ ਕਿਆ ਲੱਗਾ ਸਰ? ਅੱਛਾ ਚੋਟ ਲੱਗੀ ਹੋਈ। ਚਲੋ ਜੀ ਜਾਓ, ਚਲੋ ਜਾਓ ਜਲਦੀ ਜਾਓ, ਬਾਏ ਬਾਏ, ਚਲੋ ਜੀ ਜਾਓ। ਕਿਆ ਹੋਵੇ, ਆਪਨੇ ਤੰਗ ਕਰਨਾ ਥਾ ਨਾ ਆਪਕੋ, ਹਮ ਜਬ ਜਾਏਂਗੇ ਨਾ ਤਬ ਲੈ ਕੇ ਜਾਏਂਗੇ, ਠੀਕ ਹੈ? ਆਪਣੇ ਸ਼ਹਿਜ਼ਾਦੇ ਕੋ ਵੀ ਮੈਂ ਨਹਿਲਾ ਦੀ ਹੈ। ਆਜੋ ਆਜੋ ਨਾ, ਰੋਣੇ ਵਾਲੀ ਕੌਣ ਸੀ ਪਾਦਾ, ਕਾਰਟੂਨ ਦੇਖ ਰਹੀ ਤੇ ਲਾਈਟ ਚਲੇਗੀ, ਫੁੱਲਨ ਦੇ ਰਹਾ ਵਾ ਆਪਣਾ, ਤੋਂ ਕਹਿ ਰਹੀ ਕਾਰਟੂਨ ਦੇਖ ਰਿਹਾ ਤਾਂ ਨੈਟ ਨਹੀਂ ਆ ਰਹਾ, ਲਾਈਟ ਨਹੀਂ ਆ ਰਹੀ, ਤਾਂ ਚਲੋ ਨੀਚੇ ਆ ਕੇ ਖੇਲੋ, ਮੈਂ ਘਰ ਕੇ ਸਫਾਈ ਕਰ ਰਹੀ ਸੀ, ਦੁੱਧ ਵੀ ਲੈਣਾ। ਅੱਛਾ ਝਾੜੂ ਵਗੈਰਾ ਵੀ ਫੇਰ ਹੀ ਰਹੀ ਤੇ ਬਾਹਰ, ਜਦ ਤੋਂ ਲਾਈਟ ਚਲੇਗੀ ਲੈ ਪਕੜਾ, ਅੱਜ ਆਪਕੋ ਜੁੱਤੀ ਪਹਿਨਾਤੀ ਹੋ ਬਾਹਰ ਖੇਲੋ, ਠੀਕ ਹੈ? ਸਬਰ ਕਰੋ, ਜੁੱਤੀ ਪਹਿਨ ਲਓ। ਘਰ ਕਾ ਜੀ ਸਾਰਾ ਕੰਮ ਮੈਨੇ ਕਰ ਲਿਆ, ਅਭੀ ਆਂਟੀ ਮੁਝੇ ਆਵਾਜ਼ ਤੇਰੀ ਸੁਨਹਿਰਾ ਮੇਰੀਆਂ ਜੂਆਂ ਕੱਢਦੇ ਆ ਕੇ, ਕੱਲ ਵੀ ਮੈਨੇ ਆਂਟੀ ਕੀ ਜੂਹੀ ਨਿਕਾਲੀ, ਆਂਟੀ ਕੀ ਸਰ ਮਿੱਤਨੀ ਜੂਵੇ, ਸਵਾਬ ਕਾ ਕੰਮ ਸਰ ਦੇਖਣਾ, ਤੋ ਆਂਟੀ ਕਹਿੰਦੀ ਮੈਂ ਪੜਲਿਆਂ ਦੀ ਨੋਹ ਕਰ ਗਈ, ਉਹਨੇ ਮੈਂ ਕਿਹਾ ਮੇਰਾ ਸਿਰ ਵੇ ਤੇ ਛਿੱਤਰ ਜਿਹਾ, ਉਹਨੇ ਹਾਚੇ ਫੜੇ ਹੋਏ, ਮੈਂ ਬੈਠ ਕੇ ਕਰੀ, ਤੇ ਕਹਿੰਦੀ ਕਹਿੰਦੀ ਬੇਬੇ ਤੇਰੇ ਸਿਰ 'ਚ ਜੂਆ ਨਹੀਂ, ਸਮਹਿਰਾ ਤੂੰ ਵੇਖ, ਮੈਨੇ ਇਤਨੀ ਕੱਲ ਨਿਕਾਲੀ, ਤਾਂ ਵੀ ਮੁਝੇ ਕਰੀ ਸਮਹਿਰਾ ਮੇਰੇ ਸਿਰ ਵੇਖ ਕੇ, ਮੈਨੂੰ ਕਹਿੰਦਾ ਚਲੇ ਜੀ ਲਾਈਟ ਤੋਂ ਆਉਂਦੇ ਰਹੀ ਆ, ਤਾਂ ਫਿਰ ਆਂਟੀ ਕਾ ਤੁਹਾਡੇ ਸਿਰ ਦੇਖਦੇ ਤੇ ਫਿਰ ਵਸੀਮ ਆਏਗੇ, ਕੱਪੜੇ ਵਗੈਰਾ ਚੇਂਜ ਕਰੀ, ਫਿਰ ਹਮ ਲੋਕ ਨੇ ਜਾਣਾ ਬਾਜ਼ਾਰ। ਨਹੀਂ ਤੇਲ ਨਹੀਂ ਪੱਕਣਾ, ਅੰਮਾ ਮਾਰੇ ਅੰਮਾ ਮਾਰੇ, ਚਲੋ ਨੀਚੇ ਉਤਰੋ, ਚਲੋ ਚਲੋ ਜੀ ਆਜੋ ਆਜੋ ਅੰਦਰ ਆਜੋ ਆਜੋ, ਅਭੀ ਵੀ ਲਾਈਟ ਨਹੀਂ ਆਈ, ਲਾਈਟ ਕਾ ਤਾਂ ਬੜਾ ਮਸਲਾ, ਕਿੱਧਰ ਗਈ ਥੀ ਹੈ ਜੀ ਮੇਰਾ ਬੇਟਾ ਜੀ, ਹਾਂਜੀ ਕਿਆ ਕੋਕੋ ਥੀ
इधर तो देख क्या था, क्या था, क्या खाना है? पा क्या? पापा। ओए पापा खाना है? बेबी इधर देखो, पापा प्यार नहीं करते थे, नहीं करते थे, पापा चीजी भी नहीं ला के देते हैं, पापा चीजी नहीं ला के देते। झूठ बोल दी, झूठ बोल दी। जाओ अंदर आ जाओ, अभी जी लाइट का वेट करें, लाइट नहीं आई तो मैं कह रही हूँ सीम मांगने, फिर हमने जाना है बाजार। आपको बताया था ना मेरी फ्रेंड ने अपना भी ड्रेस लाइक करवाया था, वो उनका हो गया, तो उन्होंने क्या कि मेरे हस्बैंड का भी ना ड्रेस लेके आना है। वसीम वगैरह की शॉप से कहा था, पर उनके पास ना वो दूसरे वाले जो वो कह रही ना वो नहीं है, पेपर कॉटन है, तो कहते नहीं वो नहीं वाशिंग वेयर का चाहिए। तो वसीम कहते चले कोई बात नहीं, जिन शॉप वगैरह से हम कपड़ा उठाते, जिनका कपड़ा हमारे पास जाता है ना, तो कहते उनकी शॉप से हम लोग जाके ले आएंगे, तो फिर वो टेलर को दे देंगे, जहाँ से वसीम करवाते हैं ना सिलाई, उसी टेलर से उनका ना ड्रेस सिलाई करवाना, फिर उन्हें भिजवा देना। तो फिर हम लोग जाएंगे बाज़ार, और मेरी फ्रेंड ने कहा था कि मिले ना थोड़ी सी ज्वेलरी ना लेके ना, तो मुझे भिजवा देना। तो बाज़ार जाएंगे, ज्वेलरी भी लेंगे, भाई का ड्रेस टेलर को दे के उनकी जो शॉपिंग है वो करूँगी। कुछ मैंने कहा था मैं अपनी फ्रेंड को चीज़ें भेजूँगी, तो वो भी लेके आएंगे, तो फिर ना उन्हें चीज़ें भिजवा देंगे उनकी। वसीम अभी आ गए, दोनों को छोड़े और साथ सारा जो सौदा जरूरत का था ना सारा ले आए हैं, चावल भी ले आए हैं। हाँ जी, चावल, नमक, मिर्ची, घी, ये वो, लहसुन, अदरक, सारी चीज़ें ले आए हैं जी। सरफ, सरफ वो नहीं मिला, बोतल नहीं थी शैम्पू की, उनके पास डव की बोतल नहीं पड़ी हुई थी। चलो ठीक है, कोई बात नहीं, साशे ही चलेंगे, बाकी सारा कुछ। और इसमें क्या बिस्मिल्लाह, अच्छा माँसों का डब्बा, साबुन, सारा कुछ आ गया, नमक, मिर्च, गरम मसाला, हल्दी। चलें जी ठीक है, अभी सारा सौदा खोलती और बाइल लगाती। लाइट गए हुए काफ़ी टाइम हो गया, वसीम गया कह रही अम्मी वगैरह की भी गई, तो मैंने सारा सौदा बाइल ले आई हूँ, मैंने कहा जो फ्रिज में रख बना गई, बस फ्रिज में रखना है, बाकी तो सारा सौदा तो बॉक्स में उसमें लगाना है, तो साथ साथ सारा सौदा समेटते हैं। घी मैंने फ्रिज में रख दिया, जो मसाले थे वो मैंने डाल दिए, प्याज भी टोकरी में डाल दिए, लहसुन अदरक भी, टमाटर वगैरह भी, चावल और चीनी ऐसे ही रख दी थी ना कि इनकी ज़रूरत नहीं है। घी भी मैंने कल परसों पैक डाला पूरा, और चीनी भी फुल डब्बा बड़ा, तो चीज़ें ऐसे ही रख दी थी, बाकी सारा कुछ मैंने समेट दिया। साबुन और सर्फ रख, सर्फ मेरे ख्याल से अंदर ही बड़ा, मैंने लेके आंटी वसीम को बुला के पाते करी। वसीम कह रहे थे ना उससे मैंने 3 दिन बाद घर आया करना, डैडी कहते जो टेंशन ना लै तू बेफिक्र होकर जा, मैं इतने हैगी वहाँ, तो बाकी सारा सौदा नीचे डोर में रखते हैं। क्या ये जूती सही कर रहे पापा? फिर आप अंदर आ जाओ। वसीम मुझे कह रही इतना तेज परफ्यूम आपने लगाया, मैंने कहा नहीं जी, तो अपनी बेटी पास बैठ के पाउडर जाया करी और फिक्र ही नहीं है, हमारा जब भी बिल आता है मेरी शहजादी फाड़ देती है, उसे पसंद ही नहीं कि हमें बिल आता है, ये देखो उसे फिर फाड़ दिया। ये किसने बिल फाड़ा है बिजली का, ये किसने फाड़ा है बिल, है फाड़ के भी उतारना ही पड़ता है, जब भी आता तभी फाड़ देती, इसलिए मैं इसको पकड़ाती नहीं है। वसीम ने भी पकड़ा, उसने फाड़ दिया।